ਚੌਗਿਰਦੇ ਦੀ ਸਾਂਭ ਸੰਭਾਲ ਲਈ ਕੌਮਾਂਤਰੀ ਪੱਧਰ ਤੇ ਸਮਰਪਿਤ ਸਿੱਖ ਜਥੇਬੰਦੀ ਈਕੋ ਸਿੱਖ ਇੰਟਰਨੈਸ਼ਨਲ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਡਾ ਯੋਗਦਾਨ ਪਾ ਰਹੀ ਹੈ। ਈਕੋ ਸਿੱਖ ਇੰਟਰਨੈਸ਼ਨਲ ਦੇ ਗਲੋਬਲ ਪ੍ਰੈਜ਼ੀਡੈਂਟ ਡਾਕਟਰ ਰਾਜਵੰਸ਼ ਸਿੰਘ ਨੇ ਚੰਡੀਗੜ੍ਹ 'ਚ ਆਪਣੇ ਸੰਗਠਨ ਵੱਲੋਂ ਪਾਏ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਸੰਸਾਯੋਗ ਉਦਮ ਹੈ ਕਿ ਈਕੋ ਸਿੱਖ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 200 ਦਿਨਾਂ ਦੇ ਅੰਦਰ 58 ਪਵਿੱਤਰ ਜੰਗਲ ਲਗਾਏ ਗਏ ਹਨ। ਇਨ੍ਹਾਂ 'ਚੋਂ ਬਹੁਤੇ ਪਵਿੱਤਰ ਜੰਗਲ ਪੰਜਾਬ 'ਚ ਲਾਏ ਗਏ ਹਨ, ਕੁਝ ਦੇਸ਼ ਦੇ ਹੋਰ ਹਿੱਸਿਆਂ ਤੇ ਕੁਝ ਵਿਦੇਸ਼ਾਂ ਵਿੱਚ ਵੀ ਲਾਏ ਗਏ ਨੇ। ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 550 ਬੂਟੇ ਛੋਟੇ ਅਤੇ ਵੱਡੇ ਇਸ ਤਕਨੀਕ ਨਾਲ ਲਾਏ ਗਏ ਕਿ ਬਹੁਤ ਥੋੜੀ ਥਾਂ ਵਿੱਚ ਸੰਘਣੇ ਜੰਗਲ ਦਾ ਰੂਪ ਦਿੱਤਾ ਜਾ ਸਕੇ। ਇਸ ਵਿੱਚ ਵੱਖ ਵੱਖ ਤਰ੍ਹਾਂ ਦੇ ਰੁੱਖ, ਘਾਹ, ਝਾੜੀਆਂ ਅਤੇ ਜੜੀਆਂ ਬੂਟੀਆਂ ਸ਼ਾਮਲ ਹਨ। ਡਾਕਟਰ ਰਾਜਵੰਸ਼ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪਹਿਲੇ ਵਾਤਾਵਰਨ ਪ੍ਰੇਮੀ ਸਨ। ਇਸ ਨੂੰ ਵਾਸ਼ਿੰਗਟਨ ਦੇ ਨੈਸ਼ਨਲ ਕੈਥੇਡ੍ਰਲ ਬਿਸ਼ਪ ਨੇ ਤਸਬੀਹ ਕੀਤਾ ਹੈ। ਸਾਰਿਆਂ ਨੂੰ ਇਸ ਗੱਲ ਦੀ ਵਧਾਈ ਹੈ ਕਿ 5,500 ਰੁੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਸ਼ਤਾਬਦੀ ਨੂੰ ਡੈਡੀਕੇਟ ਕਰਦੇ ਹਾਂ। ਈਕੋ ਸਿੱਖ ਦੀ ਸਾਰੀ ਟੀਮ ਵੱਲੋਂ ਮਹਾਰਾਸ਼ਟਰ ਦੇ ਫੋਰੈਸਟ ਡਿਪਾਰਟਮੈਂਟ ਨਾਲ ਮਿਲ ਕੇ ਅਸੀਂ ਇੱਥੇ 5,500 ਰੁੱਖ ਲਗਾਉਣ ਜਾ ਰਹੇ ਹਾਂ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਦੇ ਆਧਾਰ ਦੇ ਉੱਤੇ ਹੀ ਇਹ ਪਲਾਨ ਘੜਿਆ ਗਿਆ, ਕਿਉਂਕਿ ਸਾਨੂੰ ਉਹਨਾਂ ਨੇ ਇਹੀ ਯਾਦ ਕਰਵਾਇਆ ਸੀ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਵੇਰ ਤੋਂ ਹੀ ਇਹ ਜਿਹੜੇ ਬੂਟੇ ਨੇ ਇਹ ਲਗਾਏ ਗਏ ਨੇ। ਇੱਧਰ ਵੀ ਸਾਰੀ ਇਹ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਇੱਧਰ ਆਲਰੇਡੀ ਇਹ 450 ਬੂਟੇ ਅੱਜ ਲਗਾ ਦਿੱਤੇ ਗਏ ਨੇ ਸਾਡੀ ਟੀਮ ਵੱਲੋਂ। ਸੋ ਇਹ ਲਚਕੇ ਜੀ ਆਪ ਬਤਾਏਂਗੇ ਕਿ ਯਹਾਂ ਪੇ ਜੋ ਯਹਾਂ ਪੇ ਪੇੜ ਲਗਾਏ ਗਏ ਹੈ ਉਹ ਕੌਣ ਸੇ ਪੇੜ ਹੈ ਔਰ ਕਿਆ ਉਨਕਾ ਮਹੱਤਵ ਕਿਆ ਹੈ? ਇੱਧਰ ਤੋਂ ਲੋਕਲ ਸਪੀਸੀਜ਼ ਲਗਾਏ ਸਭ, ਉਸਮੇ ਫਸਟ ਟਾਇਰ ਮੇ ਮੈਡੀਸਨਲ ਪਲਾਂਟ ਜੋ ਸ਼ਰਬਸ ਰਹਿਤੇ ਹੈ, ਥੋੜ੍ਹਾ ਮਿਡਲ ਟਾਇਰ ਜੋ ਰੋ ਉਸਮੇ ਰਹਿਤਾ ਹੈ, ਐਸਥੈਟਿਕਲ ਇੰਪੋਰਟੈਂਸ ਬਹਾਵਾ ਜੋ ਰਹਿਤਾ ਹੈ ਉਹ ਮੈਡੀਸਨਲ ਵੀ ਹੈ, ਉਹ ਮਿਡਲ ਟਾਇਰ ਮੇ ਆਤਾ ਹੈ, ਔਰ ਟਾਲ ਟਾਇਰ ਮੇ ਜੋ ਬਾਕੀ ਕੇ ਪੇੜ ਹੈ ਜੋ ਲੋਕਲ ਮੋਹਾ ਹੈ, ਬਾਅਦ ਮੇ ਕਰੰਜ ਹੈ, ਇਹ ਸਭ ਮੈਡੀਸਨਲ ਵੈਲਿਊ ਔਰ ਲੋਕਲ ਐਸੇ ਪੇੜ ਯਹਾਂ ਲਗਾਏ ਹੈ। ਅਭੀ ਇਸਮੇ ਸਾਗ ਵੀ ਲਗਾਇਆ ਹੈ, ਸਾਗ ਵੀ ਹੈ ਇਸਮੇ। ਔਰ ਇਹਨਾਂ ਹਮੇ ਯੇ ਵੀ ਬਤਾਇਆ ਹੈ ਕਿ ਇਹ ਜੋ ਏਰੀਆ ਹੈ ਇਹ ਤਕਰੀਬਨ 100 ਏਕੜ ਕੀ ਜ਼ਮੀਨ ਹੈ ਜੋ ਮਹਾਰਾਸ਼ਟਰ ਗਵਰਨਮੈਂਟ ਨੇ ਇਸੀ ਕਾਰਜ ਕੇ ਲੀਏ ਸੁਰੱਖਿਅਤ ਕੀ ਹੈ, ਤਾਂ ਕਿ ਯਹਾਂ ਪੇ ਔਰ ਕੁਛ ਨਾ ਹੋ, ਔਰ ਯਹਾਂ ਪੇ ਪਾਸ ਮੇ ਨਦੀ ਵੀ ਹੈ, ਔਰ ਯਹਾਂ ਪੇ ਪਾਣੀ ਦੇਣੇ ਕਾ ਵੀ ਪਾਣੀ ਦੇਣੇ ਕੀ ਅੱਛੀ ਤਰ੍ਹਾਂ ਸੇ ਸੁਵਿਧਾ ਹੈ। ਸੋ ਹਮੇ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਈ ਹੈ ਕਿ ਦੁਨੀਆ ਮੇ ਜਹਾਂ ਕਹੀਂ ਵੀ ਲੋਕ ਗੁਰੂ ਨਾਨਕ ਕੋ ਪਿਆਰ ਕਰਤੇ ਹੈ, ਉਨਕੋ ਐਡਮਾਇਰ ਕਰਤੇ ਹੈ, ਉਨਕੇ ਲੀਏ ਯਹਾਂ ਕੀ ਧਰਤੀ ਸੇ ਬਹੁਤ ਅੱਛਾ ਪਿਆਰ ਭਰਾ ਸੰਦੇਸ਼ ਜਾ ਰਿਹਾ ਹੈ ਯਹਾਂ ਕਿ ਹਮ ਸਭਕੋ ਇਸ ਧਰਤੀ ਕੋ ਬਚਾ ਕੇ ਰੱਖਣਾ ਔਰ ਉਸਕੋ ਪਾਲਣ ਪੋਸ਼ਣ ਕਰਨੇ ਕੀ ਜ਼ਿੰਮੇਵਾਰੀ ਤੋ ਹਮ ਸਭ ਕੀ ਹੈ ਔਰ ਇਹ ਹਮਾਰਾ ਧਾਰਮਿਕ ਕਿਰਿਆ ਕਾ ਹਿੱਸਾ ਹੋਣਾ ਚਾਹੀਦਾ। ਸੋ ਸਾਨੂੰ ਇੱਥੇ ਆ ਕੇ ਅੱਜ ਬਹੁਤ ਖੁਸ਼ੀ ਹੋਈ ਹੈ। ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੱਥੇ ਕਿਤੇ ਵੀ ਤੁਸੀਂ ਰਹਿ ਰਹੇ ਹੋ ਅਤੇ ਜਿਹੜੇ ਵੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਆਪਾਂ ਸਾਰੇ ਰਲ ਕੇ 550 ਰੁੱਖ ਲਗਾ ਸਕਦੇ ਹਾਂ ਅਤੇ ਇਹੀ ਇੱਕ ਸੋਹਣੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਮਨਾਉਣ ਦਾ ਢੰਗ ਹੋਏਗਾ ਅਤੇ ਸਾਡੇ ਸਾਰਿਆਂ ਦੇ ਜਾਣ ਤੋਂ ਬਾਅਦ ਵੀ ਇਹ ਜਿਹੜੇ ਰੁੱਖ ਨੇ ਇਹ ਤੁਸੀਂ ਸੁਣ ਸਕਦੇ ਹੋ ਹੁਣ ਪੰਛੀਆਂ ਦੀ ਆਵਾਜ਼। ਦੀਜ਼ ਆਰ ਦਾ ਵਰਡਸ ਆਫ ਦਾ ਬਰਡਸ ਹੂ ਆਰ ਸਿੰਗਿੰਗ ਦਾ ਪ੍ਰੇਜ਼ ਆਫ ਵਾਹਿਗੁਰੂ ਐਂਡ it's so beautiful to be here and just enjoy the sounds, these wonderful healing sounds of the birds and the wind and the water and the trees. This is exactly what Guru Nanak Dev Ji always envisioned, that we all should be able to connect ourselves deeper at a deeper level with nature, because this is where Balhari Kudrat Vasya, that God lives, Vaheguru the creator lives in the creation. And this is where we can really connect ourselves. Any time of the day you can come and you can feel connected with your own creator. Manpreet Singh, tusi dasso ajj to tusi itthe kyon aaye si? Vaheguru ji ka khalsa, vaheguru ji ki fateh. So main apni team nu leke Eco Sikh aur Pal Forest de team naal milke sweer to assi so assi start kita siga around sweere assi 11:30 baje te aas paas aur assi 1.5-2 ghante ch assi 450 plantation assi kar litta ya. So it's very simple method to use and we can create a forest Miyawaki technique now.
सो इट्स वेरी ईजी और तुसी 3 महीने के बाद ही तुसी रिजल्ट आपे आप तुसी देख सकते हो। मैं नाल ही वीर जी चरणवीर जी कहूँगा कि तुसी जो तुहाडे सारे स्टाफ जो पाल फॉरेस्ट इन्होंने ऑलरेडी किन्ने रुख लगा के किन्ने जंगल बनाए ने जी ये भी दसो जरा सारे। असी पिछले 3 साल पाल ग्रीन टीम नाल मिलके 80,000 सरवाइविंग ट्रीज ऐसे एरिया विच डिस्ट्रिक्ट पालगढ़ जिन्हों असी लंग्स ऑफ पालगढ़ कहने वो क्रिएट होया। साढ़े नाल बड़े लोग जुड़े हुए हैं जिहड़े इहदे उत्ते काम करके ते इहनूं होर निखारदे पए ते हुण इको सिख दे नाल मिलके ते होर इह चीज़ जिहड़ी है बहुत अगे तक जाएगी। सपोर्ट मिलिया डिपार्टमेंट का, मैं परसनली उस चीज़ वास्ते थैंक्स करना चाहवांगा। बहुत बहुत शुक्र तुहाडे विशाल जी का भी, थैंक यू जी। ते चढ़दी कला होर अगे बहुत अगे वधेगा। मैंने इन्होंने 6 महीने पहले दादर गुरुद्वारे पूछा सीगा कि 10,000 लग सकते हैं तो लग रहे हैं, आप ही गुरु करा रहे जी तो हो जाए। सो ये 10,000 बिल्कुल ये 10,000 बूटे 10,000 रुख लगाउण दा असी सारे ने फैसला किया कि मुंबई के सिखा वालों 10,000 रुख जड़े ने यह महाराष्ट्र लगाए जाएंगे। सो अज इतने 450 रुख लग चुके ने, पहला 550 रुख लगे थे 2 महीने पहला। सो इस सारी धरती के उत्ते 5,500 रुख लगनगे। सो इन्हां महीनों के ही ये भी नाल दस देना चाहते हैं कि यह जिहड़ी टैक्नीक दे विच तुहानूं इस गल की वेट करन की लोड़ नहीं है कि जदों रेनी सीजन आवे जदों मीह वाला समा आवे उदों ही सिर्फ बूटे लगाने ने, कभी भी बूटे लगाए जा सकते। हाँ जी, क्यों जी? सो इस तुसीं ईवन दिसंबर दे विच भी बूटे लगा सकते हो तो वह सर्वाइव करनगे, क्योंकि ये जिहड़ी टैक्नोलॉजी है ये जिहड़ी मैथडोलॉजी है इहदे नाल बूटे अपने हर वेले सर्वाइव कर सकते हैं। सो आप सारे बेनती है कि आप सारे रलीए ईको सिख दे नाल तुसीं जुड़ो, ईको सिख की वैबसाइट पर जाओ, डोनेट करो, सपोर्ट करो, इहदा हिस्सा बनो। हर बंदा हर सिख ईको सिख बन सकता तो हर ईको सिख 550 रुख लगा के गुरु नानक साहब का गुरपुरब मना सकता। वीरों भैनो असी 1820 थावां दे उत्ते जे असी 550 रुख लगावांगे तो 10,00,000 रूटे रुख लगाउण दा साडा जिहड़ा ए टीचा असी पूरा कर लवांगे तो सारी दुनिया नूं असी दस सकांगे कि गुरु नानक देव जी महाराज का गुरपुरब असी इस ढंग नाल मनाया। तो बाकी हुण असी तकरीबन 50 साडे जंगल लग चुके ने। हाँ जी, 50 लग चुके ने, जे 1820 दे विचों 50 कढ दो तो बाकी हुण सारे सिख कौम की जिम्मेवारी है। बाकी देशों भी लग रहे हैं, अमेरिका दे विच, कैनेडा दे विच, यूके दे विच, पर जिथे किते पंजाब दे विच खास करके बहुत लगने जरूरी ने। आप सारा नूं बेनती है कि इहदा हिस्सा बनो जी, अपने अपने पिंडां च 550 रुखां दा एक जंगल जरूर लगाइए। सब हफ्ते पंजाब विच इको सिख दे वॉलंटियर मिल के 5 जंगल हफ्ते च लगा रहे। वाह वाह, सो यह भी एक साडा बड़ा अच्छा एक माइलस्टोन है कि सानूं पता है कि साडे कोल अज टीम है, वॉलंटियर्स हैं जेडे कर सकते हैं। 5 अलग-अलग थावां ते गुरु नानक सेक्रेट फॉरेस्ट ऐसे हफ्ते लग रहे। वाह वाह, बहुत बहुत सारे बधाई है। सो जिथे गुरु नानक साहब का नाम लग गया, जिथे गुरु नानक साहब की याद के कोई चीज़ लग गई, वह जगह पवित्र हो गई है। सो इस धरती में भी गुरु महाराज भाग लगाउण जी, आप सारे का बहुत बहुत धन्यवाद। वाहिगुरु जी का खालसा, वाहिगुरु जी की फतह। 550 साल पहला गुरु साहब ने मनुखता ते चुगिरदे दी नेड़ता नूं बयान कीता। पवन गुरु पाणी पिता माता तरत महत विच ही सारा सार तत पिया है। सो गुरु साहब ने उस समय इस सब दी महत्ता समझाई जो अज दे दौर विच वी प्रसंगिक है। इको सिख वलों जंगल लाउण दी मियां वाकी तकनीक अपनाई जा रही है, क्योंकि इस विच सांभ संभाल दी ज्यादा लोड़ नहीं पैंदी। सिर्फ 200 यार्ड दी थां ते ही जमीन दे बेहद छोटे जिहे टुकड़े ते भरपूर रुख उगाए जा सकते हैं। 1-2 साल बाद फिर इस दी सांभ संभाल दी कोई लोड़ नहीं रहिंदी, इह कुदरती अपने आप ही फलदा फुलदा। उन्हां मुताबक साडे वालों लाए 58 जंगलां चों 95% जो सितंबर च लाए गए चंगी तरह वध फुल रहे हैं। उन्होंने कहा कि सानू उत्तर प्रदेश अते गुजरात दीआं सरकारां वल्लों भी सद्दे आए हैं कि तुसीं इत्थे आ के जंगल आबाद करो। देशां विदेशां च उन्हां दी देखो देखी होर जथेबंदियां भी अगे आउण लगियां हन। इको सिख वल्लों 250 सिख नौजवानां नूं इस मुहिम नाल जोड़िया गया अते उन्हां नूं सिखलाई दित्ती गई है। उन्होंने कहा कि 2020 तक साडा टीचा 1,00,000 पौधे लगाउण दा है। उन्हां दा कहना है कि उन्हां वल्लों लाए जंगलां च अलोप होण किनारे पहुंचे पंछी मुड़ परते हैं, जंगलां च पंछियां दी चहचहाट सुकून देण वाली है। यह साडा मिशन है। इको सिख प्रोजेक्ट दे मैनेजर ऑफ साउथ एशिया रवनीत सिंह मुताबक सर्दियां च साडा मियां वाकी तकनीक नाल रुख लगाउण दा सिलसिला इसे तरह चलदा रहेगा, क्योंकि यह तकनीक कारगर है।
ਉਹਨਾਂ ਦਾ ਕਹਿਣਾ ਕਿ ਹੁਣ ਕਈ ਜਥੇਬੰਦੀਆਂ ਜੰਗਲ ਲਈ ਜ਼ਮੀਨ ਦੇਣ ਵਾਸਤੇ ਅੱਗੇ ਆਉਣ ਲੱਗੀਆਂ ਹਨ। ਸਾਡੀ ਕੋਸ਼ਿਸ਼ ਇਸ ਦਾ ਦਾਇਰਾ ਹੋਰ ਵਧਾਉਣ ਦੀ ਹੈ। ਕਾਬਲੇ ਗੌਰ ਹੈ ਕਿ ਈਕੋ ਸਿੱਖ ਜਥੇਬੰਦੀ ਦੀ ਸਥਾਪਨਾ 2009 ਚ ਹੋਈ ਸੀ। ਪਿਛਲੇ 10 ਸਾਲਾਂ ਤੋਂ ਇਹ ਸੰਗਠਨ ਵਾਤਾਵਰਨ ਸੰਭਾਲ ਦੇ ਖੇਤਰ ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਨੇ ਆ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਪਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।